ਬਾਅਦ ਪਾਉਂਦੇ ਹਾਂ ਆਪਾਂ ਨਾਵਲ 91 ਲੜੀਵਾਰ ਭਾਗ 13 ਹਰਜੀਤ ਅਟਵਾਲ ਜੀ ਦੀ ਕਲਮ, ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਅਤੇ ਦੁਆਬਾ ਰੇਡੀਓ ਦਾ ਮੰਚ। ਜਦ ਗੁਲਵੰਤ ਟ੍ਰੇਨਿੰਗ ਲੈ ਕੇ ਰੋਇਲ ਡੀਨ ਦੇ ਵਿੱਚ ਪੁੱਜਿਆ ਤਾਂ ਠੰਡ ਚੰਗੀ ਤਰ੍ਹਾਂ ਉਤਰ ਚੁੱਕੀ ਸੀ। ਇੱਥੇ ਆ ਕੇ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਸੈਟਲ ਹੋ ਚੁੱਕਿਆ ਸਮਝ ਰਿਹਾ ਸੀ। ਇੱਥੇ ਹੀ ਬਸ ਨਹੀਂ ਸੀ, ਉਸਨੇ ਆਪਣੇ ਛੋਟੇ ਭਰਾ ਰਾਜਵੰਤ ਦਾ ਰਿਸ਼ਤਾ ਸੁਖਵੀਰ ਨੂੰ ਕਰ ਦਿੱਤਾ ਹੋਇਆ ਸੀ। ਰਾਜਵੰਤ ਨੂੰ ਵੀਜ਼ਾ ਵੀ ਮਿਲ ਗਿਆ ਸੀ ਅਤੇ ਗੁਲਵੰਤ ਨੇ ਘਰ ਨੂੰ ਲਿਖਿਆ ਸੀ ਕਿ ਰਾਜੂ ਦੇ ਕੋਲ 6 ਮਹੀਨੇ ਦਾ ਵੀਜ਼ਾ ਤਾਂ ਹੈ ਹੀ, ਇਸਦੇ ਲਈ ਉਸਨੂੰ ਭੇਜਣ ਦੇ ਵਿੱਚ ਕਾਹਲੀ ਨਾ ਕਰਨ। ਉਸਨੇ ਹਾਲੇ ਘਰ ਨੂੰ ਪੂਰੀ ਤਰ੍ਹਾਂ ਸਜਾਇਆ ਨਹੀਂ ਸੀ। ਰਾਜੂ ਦੇ ਵਿਆਹ ਦੇ ਲਈ ਪੈਸੇ ਵੀ ਨਹੀਂ ਸਨ ਜੋੜ ਹੋਏ ਹੱਲੇ। ਉਹ ਨਵੇਂ ਜੋੜੇ ਦੇ ਬੈੱਡਰੂਮ ਨੂੰ ਵੀ ਵਧੀਆ ਤਰੀਕੇ ਦੇ ਨਾਲ ਸਜਾਉਣਾ ਚਾਹੁੰਦਾ ਸੀ, ਜਿਸ ਦੇ ਵਿੱਚ ਹਾਲੇ ਕਸਰਾਂ ਸਨ। ਪਰ ਰਾਜੂ ਇੰਗਲੈਂਡ ਆਉਣ ਦੇ ਲਈ ਬਹੁਤ ਕਾਲਾ ਸੀ, ਉਹ ਕਿਸੇ ਦੀ ਨਹੀਂ ਸੀ ਸੁਣ ਰਿਹਾ। ਕੱਲ੍ਹ ਹੀ ਉਸਦਾ ਫੋਨ ਆ ਗਿਆ ਸੀ ਕਿ ਉਹ ਐਤਵਾਰ ਨੂੰ ਪੁੱਜ ਰਿਹਾ। ਇਸ ਗੱਲ ਨੇ ਗੁਲਵੰਤ ਨੂੰ ਪਰੇਸ਼ਾਨ ਕਰ ਦਿੱਤਾ। ਜਦੋਂ ਗੁਲਵੰਤ ਦਾ ਸੁਰਿੰਦਰ ਦੇ ਨਾਲ ਵਿਆਹ ਹੋ ਗਿਆ ਤਾਂ ਰਾਜਵੰਤ ਨੇ ਵੀ ਕਿਤਾਬਾਂ ਸੁੱਟ ਦਿੱਤੀਆਂ ਸਨ ਅਤੇ ਇੰਗਲੈਂਡ ਦੇ ਸੁਪਨੇ ਦੇਖਣੇ ਸ਼ੁਰੂ ਕਰ ਦਿੱਤੇ ਸੀ। ਉਸਦੀ ਮਾਂ ਦੀ ਚਿੱਠੀ ਆਈ ਕਿ ਜੇ ਹੋ ਸਕੇ ਨਾ ਤਾਂ ਸੁਰਿੰਦਰ ਦੀ ਛੋਟੀ ਭੈਣ ਦਾ ਰਿਸ਼ਤਾ ਰਾਜੂ ਨੂੰ ਕਰਾ ਦੇਵੇ। ਗੱਲ ਤਾਂ ਠੀਕ ਸੀ, ਸੁਖਵੀਰ ਸੋਹਣੀ ਵੀ ਸੀ ਅਤੇ ਸੁਰਿੰਦਰ ਵਾਂਗ ਅਕਲਵੰਦ ਵੀ ਸੀ, ਪਰ ਹਾਲੇ ਉਮਰ ਛੋਟੀ ਜ਼ਰੂਰ ਸੀ। 16 ਦਾ ਰਾਜੂ ਸੀ ਅਤੇ 16 ਦੀ ਹੀ ਸੁਖਵੀਰ ਸੀ। ਇਹ ਵਿਆਹ ਦੀਆਂ ਨਹੀਂ ਖੇਡਣ ਦੀਆਂ ਉਮਰਾਂ ਸਨ। ਮਾਂ ਦੀਆਂ 2 ਚਿੱਠੀਆਂ ਹੋਰ ਆ ਗਈਆਂ ਤਾਂ ਗੁਲਵੰਤ ਸੋਚਣ ਲੱਗਿਆ ਕਿ ਕਿਵੇਂ ਕੀਤਾ ਜਾਵੇ ਯਾਰ। ਉਸਨੇ ਸਰੂਪ ਦੇ ਨਾਲ ਜਾ ਸਲਾਹ ਕਰ ਲਈ। ਸਰੂਪ ਬੋਲਿਆ, ਹੋਰ ਕੀ ਚਾਹੀਦਾ ਹੈ, ਪਰ ਕੀ ਮੰਨਦੇ ਵੀ ਹੈ ਉਹ ਸਾਹਮਣਿਓ। ਭਾਅ ਜੀ, ਇਹ ਤਾਂ ਪਤਾ ਨਹੀਂ ਯਾਰ, ਕਦੇ ਪੁੱਛਿਆ ਨਹੀਂ, ਜ਼ਰਾ ਟੋ ਕੇ ਦੇਖ ਤਾਂ। ਜੇ ਮੰਨ ਗਏ ਤਾਂ ਰਿਸ਼ਤਾ ਕਰ ਲੈਂਦੇ ਹਾਂ ਅਤੇ ਸੱਦ ਲਵਾਂਗੇ ਜ਼ਰਾ ਠਹਿਰ ਕੇ ਫਿਰ ਉਹਨਾਂ ਨੂੰ। ਸੁਰਿੰਦਰ ਨੂੰ ਤਾਂ ਮੈਂ ਹਾਲੇ ਲੈਟਰ ਜਿਹੜੀ ਹੈ ਦਿਖਾਈ ਵੀ ਨਹੀਂ ਹੈ। ਸੋਚਦਾ ਕਿ ਭਾਬੀ ਜੀ ਬੁੜੀ ਦੇ ਨਾਲ ਗੱਲ ਕਰਨ, ਅਤੇ ਸੁਰਿੰਦਰ ਦੇ ਨਾਲ ਗੱਲ ਕਰਨੋਂ ਤਾਂ ਮੈਂ ਹੈਜੀਟੇਟ ਕਰ ਰਿਹਾ ਭਾਈ। ਚੰਗਾ ਬੰਦਾ ਹੈ ਬਈ ਉਹ ਤਾਂ, ਚੰਗਾ ਬੰਦਾ ਬਾਈ ਤੂੰ ਯਾਰ। ਉਹਦਾ ਤੁਹਾਡਾ ਇਸ਼ਕ ਰੋਮੀਓ ਜੂਲੀਅਟ ਵਾਲਾ ਹੈ, ਅਤੇ ਮੈਂ ਸੋਚਦਾ ਵੀ ਭਾਬੀ ਜੀ ਨੂੰ ਗੱਲ ਕਰਨ ਦਾ ਢੰਗ ਵੀ ਹੈਗਾ, ਅਤੇ ਜੇ ਮੈਂ ਸੁਰਿੰਦਰ ਰਾਹੀਂ ਗੱਲ ਕਰਾਂ ਤਾਂ ਉਹਨਾਂ ਨੂੰ ਨਾ ਕਰਨੀ ਮੁਸ਼ਕਲ ਹੋ ਜਾਣੀ ਹੈ। ਇਹੋ ਹੀ ਤਾਂ ਆਪਾਂ ਚਾਹੁੰਦੇ ਹਾਂ ਯਾਰ ਕਿ ਉਹ ਹਾਂ ਕਰ ਦੇਣ। ਨਾਲੇ ਤੂੰ ਉਹਨਾਂ ਦਾ ਲਾਡਲਾ ਜੋ ਆਈ ਹੈ, ਭਰਾ ਦੇ ਲਈ ਰਿਸ਼ਤਾ ਮੰਗਣਾ ਤੇਰਾ ਹੱਕ ਬਣਦਾ ਹੈ। ਮੇਰੇ ਇਸ ਹੱਕ ਨੂੰ ਤੁਸੀਂ ਅਤੇ ਭਾਬੀ ਜੀ ਵਰਤ ਲਓ ਪਲੀਜ਼, ਗੁਲਵੰਤ ਨੇ ਹੱਸਦਿਆਂ ਹੋਇਆ ਇਹ ਗੱਲ ਕਹਿ ਦਿੱਤੀ। ਸਰੂਪ ਖੁਸ਼ ਵੀ ਸੀ ਪਰ ਉਸਨੂੰ ਹਲਕੀ ਜਿਹੀ ਈਰਖਾ ਵੀ ਹੋ ਰਹੀ ਸੀ ਕਿ ਗੁਲਵੰਤ ਨੇ ਇੰਨੀ ਜਲਦੀ ਆਪਣੇ ਭਰਾ ਨੂੰ ਇੰਗਲੈਂਡ ਬੁਲਾਉਣ ਦਾ ਰਾਹ ਲੱਭ ਲਿਆ।
ਉਸਨੇ ਸਤਨਾਮੀ ਦੇ ਨਾਲ ਗੱਲ ਕੀਤੀ ਤੇ ਸਤਨਾਮੀ ਨੇ ਉਸੇ ਸ਼ਾਮ ਹੀ ਪ੍ਰਕਾਸ਼ ਕੌਰ ਦੇ ਨਾਲ ਇਸ ਰਿਸ਼ਤੇ ਦੀ ਗੱਲ ਤੋਰ ਲਈ। ਉਹ ਦੋਵੇਂ ਪਤੀ ਪਤਨੀ ਆਪਣੀ ਪਹਿਲੀ ਵੇਲ ਦੇ ਵਿੱਚ ਹੀ ਸਰੂਪ ਦੇ ਕੋਲ ਉਸਦੀ ਦੁਕਾਨ 'ਤੇ ਆ ਗਏ। ਇਸ ਰਿਸ਼ਤੇ ਬਾਰੇ ਪ੍ਰਕਾਸ਼ ਕੌਰ ਅਤੇ ਸੁਰਜਨ ਸਿੰਘ ਪਹਿਲਾਂ ਹੀ ਸੋਚਣ ਲੱਗ ਪਏ ਸਨ, ਪਰ ਹਾਲੇ ਬਹੁਤ ਵਕਤ ਪਿਆ ਸੀ। ਗੁਲਵੰਤ ਦੇ ਵਿਹਾਰ ਤੋਂ ਹਰ ਕੋਈ ਖੁਸ਼ ਸੀ। ਸੁਖਵੀਰ ਨੂੰ ਵੀ ਗੁਲਵੰਤ ਵਰਗੇ ਪਤੀ ਦੀ ਹੀ ਤਾਂਘ ਸੀ। ਸੁਖਵੀਰ ਵੀ ਸੁਰਿੰਦਰ ਵਾਂਗ ਹੀ ਘੁੰਮਣ ਫਿਰਨ ਦੇ ਸੁਪਨੇ ਲੈਂਦੀ ਸੀ। ਸੁਰਿੰਦਰ ਵਾਂਗ ਹੀ ਉਹ ਸਾਰੀਆਂ ਥਾਵਾਂ ਦੇਖਣੀਆਂ ਚਾਹੁੰਦੀ ਜਿਹੜੀਆਂ ਪੰਜਾਬੀ ਕੁੜੀਆਂ ਦੇ ਲਈ ਜਿਹੜਾ ਵਿਵਰਜਿਤ ਸਨ। ਜਦੋਂ ਸੁਰਿੰਦਰ ਨੇ ਆਪਣੀ ਮਰਜ਼ੀ ਦਾ ਹੇਅਰ ਸਟਾਈਲ ਬਣਾਇਆ ਸੀ ਤਾਂ ਸੁਖਵੀਰ ਨੂੰ ਵੀ ਆਪਣੇ ਲੰਮੇ ਵਾਲ ਬੁਰੇ ਲੱਗਣ ਲੱਗ ਪਏ ਸਨ। ਭਾਵੇਂ ਸੁਰਜਨ ਸਿੰਘ ਨੇ ਧੀ ਨੂੰ ਕਾਫ਼ੀ ਖੁੱਲ੍ਹਾਂ ਜਿਹੜੀਆਂ ਦੇ ਰੱਖੀਆਂ ਸਨ, ਪਰ ਉਹਨਾਂ ਦੀ ਇੱਕ ਸੀਮਾ ਜ਼ਰੂਰ ਸੀ। ਗੁਲਵੰਤ ਦਾ ਭਰਾ ਜ਼ਰੂਰ ਗੁਲਵੰਤ ਵਰਗਾ ਹੀ ਹੋਵੇਗਾ ਅਤੇ ਸੁਖਬੀਰ ਅਤੇ ਬਾਕੀ ਪਰਿਵਾਰ ਵੀ ਇਵੇਂ ਹੀ ਸੋਚਦਾ ਸੀ। ਇਹ ਰਿਸ਼ਤਾ ਸਭ ਨੂੰ ਮਨਜ਼ੂਰ ਸੀ ਅਤੇ ਤੈਅ ਹੋ ਗਿਆ। ਰਿਸ਼ਤਾ ਤਾਂ ਤੈਅ ਹੋ ਗਿਆ, ਪਰ ਦੋਵੇਂ ਹਾਲੇ ਨਿਆਣੇ ਸਨ, 16 ਵਰਿਆਂ ਦੇ। ਇਸਦੇ ਲਈ ਰਾਜੂ ਨੂੰ 3 ਸਾਲ ਠਹਿਰ ਕੇ ਸੱਦਣ ਦੀ ਸਲਾਹ ਬਣ ਗਈ। ਇਹਨਾਂ ਦਿਨਾਂ ਦੇ ਵਿੱਚ ਇੱਕ ਵਾਰ ਫਿਰ ਭਾਰਤ ਤੋਂ ਮੁੰਡੇ ਮੰਗਵਾਉਣ ਦਾ ਕਾਨੂੰਨ ਬੰਦ ਹੋਣ ਦਾ ਜਿਹੜਾ ਸੀ ਰੌਲਾ ਪੈਣ ਲੱਗ ਗਿਆ। ਟੋਰੀ ਪਾਰਟੀ ਦੇ ਜਿੱਤਣ ਦੀ ਆਸ ਸੀ ਅਤੇ ਉਹਨਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਹੀ ਇਹ ਗੱਲ ਸੀ। ਪਹਿਲਾਂ ਵੀ ਮਰਦ ਮੰਗੇਤਰ ਜਿਹੜੇ ਸਨ, ਨਾ ਸੱਦ ਸਕਣ ਵਾਲਾ ਕਾਨੂੰਨ ਵੀ ਇਸੇ ਪਾਰਟੀ ਨੇ ਬਣਵਾਇਆ ਸੀ। ਟੋਰੀ ਪਾਰਟੀ ਤਾਂ ਹਰ ਹਾਲਤ ਦੇ ਵਿੱਚ ਇਮੀਗ੍ਰੇਸ਼ਨ ਵੱਲ ਸਖਤੀ ਦਿਖਾਉਣਾ ਚਾਹੁੰਦੀ ਸੀ। ਅੰਗਰੇਜ਼ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦਾ ਇਹ ਸੌਖਾ ਤਰੀਕਾ ਸੀ। ਏਸ਼ੀਅਨ ਲੋਕਾਂ ਨੂੰ ਆਪਣੀਆਂ ਕੁੜੀਆਂ ਵਿਆਹੁਣ ਦਾ ਫਿਕਰ ਪੈ ਗਿਆ। ਜਿਹੜੀਆਂ ਕੁੜੀਆਂ ਪਹਿਲਾਂ ਹੀ ਮੰਗੀਆਂ ਹੋਈਆਂ ਸਨ, ਉਹਨਾਂ ਦੇ ਮਾਪੇ ਮੁੰਡਿਆਂ ਨੂੰ ਸੱਦਣ ਦੇ ਲਈ ਕਾਲੇ ਪੈਣ ਲੱਗ ਗਏ ਤਾਂ ਕਿ ਕਾਨੂੰਨ ਬਣਨ ਤੋਂ ਪਹਿਲਾਂ ਸੱਦ ਸਕਣ। ਉਹ ਸੁਰਜਨ ਸਿੰਘ ਨੂੰ ਵੀ ਇਸੇ ਕਰਕੇ ਫਿਕਰਮੰਦ ਹੋਣ ਲੱਗ ਗਿਆ। ਸਰੂਪ ਅਤੇ ਗੁਲਵੰਤ ਦੇ ਨਾਲ ਸਲਾਹ ਕਰਕੇ ਉਸ ਨੇ ਜਿਹੜਾ ਸੀ ਰਾਜੂ ਦੇ ਪੇਪਰ ਪਾ ਤੇ ਉਸਨੂੰ ਵੀਜ਼ਾ ਮਿਲ ਗਿਆ। ਗੁਲਵੰਤ ਉਸਨੂੰ ਰੋਕਣਾ ਚਾਹੁੰਦਾ ਸੀ, ਪਰ ਰਾਜੂ ਨਾ ਰੁਕਿਆ। ਰਾਜੂ ਦੇ ਆਉਣ ਵਾਲੇ ਦਿਨ ਵੀ ਪਹਿਲਾਂ ਜਿਹੀ ਹੀ ਚਹਿਲ ਪਹਿਲ ਸੀ। ਸਤਨਾਮੀ ਬਿਨਾਂ ਸਾਰੇ ਆਏ, ਉਸਨੇ ਦੁਕਾਨ ਸੰਭਾਲੀ ਹੋਈ ਸੀ। ਇਸ ਵਾਰ ਇਮੀਗ੍ਰੇਸ਼ਨ ਵਾਲਿਆਂ ਨੇ ਸੁਖਬੀਰ ਨੂੰ ਅੰਦਰ ਨਾ ਬੁਲਾਇਆ ਅਤੇ ਰਾਜੂ ਆਪ ਹੀ ਬਾਹਰ ਨਿਕਲ ਆਇਆ। 17 ਕੁ ਸਾਲਾਂ ਦਾ ਉੱਤਰ ਦੀ ਦਾੜੀ ਵਾਲਾ ਮੁੰਡਾ, ਸੰਗਦਾ ਸਭ ਵੱਲ ਦੇਖੀ ਜਾ ਰਿਹਾ ਸੀ ਅਤੇ ਸੁਖਬੀਰ ਨੇ ਨਜ਼ਰ ਉਸੇ ਵਿੱਚ ਗੱਡੀ ਹੋਈ ਸੀ। ਨਿਰਾ ਗੁਲਵੰਤ ਗੱਲ ਕਰਨ ਦੇ ਵਿੱਚ ਕੁਝ ਝਿਜਕ ਜ਼ਰੂਰ ਸੀ। ਏਅਰਪੋਰਟ ਤੋਂ ਗੁਲਵੰਤ ਦੇ ਘਰ ਗਏ, ਕੁਝ ਘੰਟੇ ਬੈਠ ਕੇ ਸਾਰੇ ਘਰਾਂ ਨੂੰ ਚਲੇ ਗਏ। ਰਸਤੇ ਦੇ ਵਿੱਚ ਸੁਰਜਨ ਸਿੰਘ ਨੇ ਸੁਖਬੀਰ ਨੂੰ ਪੁੱਛਿਆ। ਉਸ ਤੋਂ ਪਹਿਲਾਂ ਹੀ ਛੋਟੀ ਰਣਜੀਤ ਬੋਲੀ, ਪੁੱਛਣ ਲੱਗੀ ਤਾਂ ਪਹਿਲਾਂ। ਰਸਤੇ ਦੇ ਵਿੱਚ ਸੁਰਜਨ ਸਿੰਘ ਨੇ ਸੁਖਬੀਰ ਨੂੰ ਪੁੱਛਿਆ, ਕਿਹੋ ਜਿਹਾ ਲੱਗਿਆ ਰਾਜੂ? ਉਸ ਤੋਂ ਪਹਿਲਾਂ ਹੀ ਛੋਟੀ ਰਣਜੀਤ ਬੋਲੀ, ਬਿੱਟ ਫੈਟ ਬਿੱਟ ਅਗਲੀ ਜਾਣੀ ਬੇਸੂਰਤ। ਸੁਖਬੀਰ ਨੇ ਉਸਦੇ ਮੁੱਕੀ ਮਾਰੀ, ਉਸਨੇ ਵੀ ਬਰਾਬਰੀ ਕੀਤੀ। ਦੋਵੇਂ ਲੜਨ ਲੱਗ ਗਈਆਂ। ਪ੍ਰਕਾਸ਼ ਕੌਰ ਨੇ ਦਬਕਾ ਮਾਰ ਕੇ ਉਹਨਾਂ ਨੂੰ ਰੋਕਿਆ ਅਤੇ ਸੁਖਬੀਰ ਨੂੰ ਕਹਿਣ ਲੱਗੀ,
ਅਸੀਂ ਤਾਂ ਹਾਲੇ ਤੇਰਾ ਵਿਆਹ ਨਹੀਂ ਸੀ ਕਰਨਾ, ਪਰ ਤੂੰ ਪੜ੍ਹੀ ਹੀ ਨਹੀਂ। ਤੇਰੇ ਡੈਡੀ ਨੇ ਬਥੇਰਾ ਕਿਹਾ, ਪਰ ਤੂੰ ਟੈਲੀ ਮੂਹਰਿਓਂ ਹੀ ਨਹੀਂ ਸੀ ਹਿਲਦੀ ਜੁਲਦੀ। ਸੁਖਬੀਰ ਖੁਸ਼ ਸੀ, ਉਸਨੇ ਮਾਂ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ, ਬਸ ਮੁਸਕਰਾਉਂਦੀ ਰਹੀ। ਰਣਜੀਤ ਨੂੰ ਉਸਨੇ ਅੰਗੂਠੇ ਦੇ ਨਾਲ ਇਸ਼ਾਰਾ ਕਰ ਦਿੱਤਾ ਕਿ ਰਾਜੂ ਉਸਨੂੰ ਪਸੰਦ ਹੈ। ਸੁਰਜਨ ਸਿੰਘ ਬੋਲਿਆ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਜੇ ਨਹੀਂ ਪੜ੍ਹਨਾ ਤਾਂ ਵਿਆਹ ਦੇ ਲਈ ਤਿਆਰ ਰਹੋ। ਸੁਰਿੰਦਰ ਵੀ ਨਹੀਂ ਪੜ੍ਹੀ, ਇਹ ਸੁਖੀ ਵੀ ਨਹੀਂ, ਪਰ ਹੁਣ ਮੇਰੀ ਰਾਣੀ ਧੀ ਪੜ੍ਹ ਕੇ ਦਿਖਾਊ। ਇਹਦਾ ਵਿਆਹ ਅਸੀਂ ਬਹੁਤ ਠਹਿਰ ਕੇ ਕਰਨਾ ਹੈ। ਵਿਆਹ? ਵਿਆਹ? ਡੈਡ ਨੋ ਵੇ, ਨੋ ਵਿਆਹ ਵਿਊ। ਰਣਜੀਤ ਨੇ ਮੋਢਾ ਮਾਰ ਦਿਆ ਕਿਹਾ। ਪ੍ਰਕਾਸ਼ ਕੌਰ ਕਿਧਰੇ ਗਵਾਚਦੀ ਹੋਈ ਬੋਲੀ, ਲੋਕ ਕਹਿੰਦੇ ਹੁੰਦੇ ਸੀ ਕਿ ਤੇਰਾ ਘਰ ਧੀਆਂ ਦੇ ਨਾਲ ਭਰਿਆ ਪਿਆ, ਕੀ ਕਰੇਂਗੀ? ਮੈਂ ਕਹਿੰਦੀ ਹੁੰਦੀ ਸੀ ਕਿ ਇਹਨਾਂ ਦੀ ਕਿਸਮਤ ਇਹਨਾਂ ਦੇ ਨਾਲ ਹੈ, ਦੇਖ ਲਓ ਵਿਹੜਾ ਖਾਲੀ ਹੋ ਚੱਲਿਆ। ਕਿੱਥੇ ਖਾਲੀ ਹੋ ਚੱਲਿਆ? 2-3 ਸਾਲ ਤਾਂ ਹਾਲੇ ਸੁਖੀ ਨਹੀਂ ਵਿਆਹੁਣੀ, ਬਸ ਕੋਰਟ ਮੈਰਿਜ ਕਰ ਦੇਣੀ ਹੈ। ਇਹ ਕੰਮ ਕਰੇ, ਆਪਣੇ ਵਿਆਹ ਜੋਗੇ ਪੈਸੇ ਜੋੜੇ, ਫਿਰ ਦੇਖਾਂਗੇ। ਇਹ ਠਹਿਰ ਕੇ ਵਿਆਹ ਕਰਨਾ ਸਭ ਨੂੰ ਹੀ ਠੀਕ ਬੈਠਦਾ ਸੀ। ਇੱਕ ਤਾਂ ਮੁੰਡਾ ਕੁੜੀ ਹੋਰ ਸਿਆਣੇ ਹੋ ਜਾਣਗੇ, ਦੂਜਾ ਗੁਲਵੰਤ ਦੇ ਕੋਲ ਵਿਆਹ ਜੋਗੀ ਹਿੰਮਤ ਵੀ ਨਹੀਂ ਸੀ ਅਜੇ। ਉਹ ਵੀ ਚਾਹੁੰਦਾ ਸੀ ਕਿ ਰਾਜੂ ਕੰਮ ਕਰੇ ਅਤੇ ਵਿਆਹ ਜੋਗੇ ਪੈਸੇ ਜੋੜ ਲਵੇ। ਕੋਰਟ ਮੈਰਿਜ ਦੀ ਤਰੀਕ ਰੱਖ ਕੇ ਸਾਦੀ ਜਿਹੀ ਰਸਮ ਕਰ ਲਈ, ਵਿਆਹ ਰਜਿਸਟਰ ਕਰਾ ਕੇ ਫੋਟੋ ਖਿੱਚ ਲਈਆਂ, ਅਤੇ ਇਸ ਮੌਕੇ 'ਤੇ ਨੇੜੇ ਦੇ ਸਾਰੇ ਹੀ ਰਿਸ਼ਤੇਦਾਰ ਆਏ ਸਨ। ਗੁਰਜੰਟ ਅਤੇ ਬਲਜਿੰਦਰ ਵੀ ਆ ਕੇ ਹਾਜ਼ਰੀ ਲਗਵਾ ਗਏ। ਦਿਲਬਾਗ, ਬਲਜੀਤ, ਅਵਤਾਰ, ਸਰੂਪ ਸਾਰੇ ਹੀ ਸਨ। ਸਾਧੂ ਸਿੰਘ ਅਤੇ ਸਵਰਨ ਕੌਰ ਵੀ ਆਏ। ਕੋਰਟ ਮੈਰਿਜ ਤੋਂ ਬਾਅਦ ਛੋਟੀ ਜਿਹੀ ਪਾਰਟੀ ਰੱਖੀ ਹੋਈ ਸੀ। ਔਰਤਾਂ ਸੁਰਜਨ ਦੇ ਘਰ ਬੈਠ ਗਈਆਂ ਅਤੇ ਮਰਦ ਦਿਲਬਾਗ ਵੱਲ ਬਹਿ ਗਏ। ਅਵਤਾਰ ਅਤੇ ਦਿਲਬਾਗ ਨੇ ਗਾਣੇ ਗਾ ਕੇ ਰੰਗ ਬੰਨ ਲਿਆ। ਸਾਧੂ ਸਿੰਘ ਸ਼ਰਾਬ ਮੀਟ ਦੇ ਖਿਲਾਫ ਬੋਲਦਾ ਵੀ ਰਿਹਾ, ਪਰ ਮਹਿਫਲ ਦੇ ਵਿੱਚ ਬੈਠਾ ਵੀ ਰਿਹਾ। ਰਾਜੂ ਨੂੰ ਜਲਦੀ ਹੀ ਹੈਰੋ ਦੀ ਇੱਕ ਫੈਕਟਰੀ ਦੇ ਵਿੱਚ ਕੰਮ ਮਿਲ ਗਿਆ। ਇੱਥੇ ਘਰਾਂ ਦੀਆਂ ਵਰਤੋਂ ਵਾਲੀਆਂ ਪਲਾਸਟਿਕ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਬਣਦੀਆਂ ਸਨ, ਬਸ ਸਿੱਧੀ ਜਾਂਦੀ ਸੀ। ਗੁਲਵੰਤ ਨੇ ਇੱਕ ਦਿਨ ਫੈਕਟਰੀ ਦਿਖਾ ਦਿੱਤੀ ਅਤੇ ਰਾਜੂ ਹਰ ਸਵੇਰੇ ਚਲੇ ਜਾਂਦਾ। ਕਦੇ ਕਦੇ ਸ਼ਾਮ ਨੂੰ 2 ਘੰਟੇ ਓਵਰ ਟਾਈਮ ਵੀ ਮਿਲ ਜਾਂਦਾ ਸੀ। ਉੱਥੇ ਉਸਦੇ ਪਾਸਪੋਰਟ ਦੇ ਉੱਪਰ ਸਾਲ ਦੀ ਸਟੇ ਦੀ ਮੋਹਰ ਲੱਗ ਗਈ। ਸੁਖਵੀਰ ਨੂੰ ਵੀ ਘਟਾਉਣਿਆਂ ਵਾਲੀ ਫੈਕਟਰੀ ਦੇ ਵਿੱਚ ਕੰਮ ਮਿਲ ਗਿਆ। ਰਾਜੂ ਨੂੰ ਲੈ ਕੇ ਉਸਦਾ ਮਨ ਸੁਪਨਿਆਂ ਦੇ ਨਾਲ ਭਰਿਆ ਰਹਿੰਦਾ ਸੀ। ਕਦੇ ਕਦੇ ਉਹ ਰਾਜੂ ਨੂੰ ਫੋਨ ਵੀ ਕਰ ਲੈਂਦੀ। ਫੋਨ ਵਧਣ ਲੱਗੇ, ਉਹ ਇਕੱਠੇ ਬਾਹਰ ਘੁੰਮਣ ਦੀ ਇਜਾਜ਼ਤ ਮੰਗਣ ਲੱਗੇ, ਫਿਲਮਾਂ ਦੇਖਣ ਜਾਣ ਲੱਗ ਗਏ। ਛੁੱਟੀ ਵਾਲੇ ਦਿਨ ਕਦੇ ਰਾਜੂ ਲੇਟਨ ਸਟੋਨ ਚਲੇ ਜਾਂਦਾ, ਜਾਂ ਫਿਰ ਸੁਖਬੀਰ ਹੀ ਵੈਂਬਲੇ ਆ ਜਾਂਦੀ ਸੀ। ਕਦੇ ਕੋਈ ਅੰਗਰੇਜ਼ੀ ਫਿਲਮ ਅਤੇ ਕਦੇ ਹਿੰਦੁਸਤਾਨੀ ਫਿਲਮ, ਇੰਡੀਆ ਤੋਂ ਫਿਲਮ ਐਕਟਰ ਵੀ ਆਏ ਹੀ ਰਹਿੰਦੇ ਸਨ। ਉਹਨਾਂ ਦਾ ਪ੍ਰੋਗਰਾਮ ਦੇਖਣ ਵੀ ਚਲੇ ਜਾਂਦੇ। ਰਾਜੂ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਗੁਲਵੰਤ ਵਾਂਗ ਤੇਜ਼ ਨਹੀਂ ਸੀ ਅਜੇ। ਇੱਕ ਤਾਂ ਹਾਲੇ ਉਹਦੇ ਜਿੰਨਾ ਤਜਰਬਾ ਨਹੀਂ ਸੀ, ਅਤੇ ਦੂਜੇ ਉਸਦਾ ਸੁਭਾਅ ਵੀ ਕੁਝ ਅਲੱਗ ਹੀ ਸੀ। ਸੁਖਬੀਰ ਨੂੰ ਰਾਜੂ ਦਾ ਗੰਭੀਰ ਹੋਣਾ ਬੁਰਾ ਲੱਗਦਾ ਸੀ, ਅਤੇ ਉਸਨੂੰ ਗੁਲਵੰਤ ਵਾਂਗ ਅੰਗਰੇਜ਼ੀ ਵੀ ਨਹੀਂ ਸੀ ਬੋਲਣੀ ਆਉਂਦੀ। ਰਾਜੂ ਨੂੰ ਵੀ ਸੁਖਬੀਰ ਦੀਆਂ ਕੁਝ ਗੱਲਾਂ ਬੁਰੀਆਂ ਲੱਗਦੀਆਂ। ਇੱਕ ਤਾਂ ਉਸਦੀ ਹਰ ਵੇਲੇ ਅੰਗਰੇਜ਼ੀ ਬੋਲਣਾ, ਅਤੇ ਦੂਜਾ ਬਿਨਾਂ ਗੱਲ ਤੋਂ ਹੱਸੀ ਜਾਣਾ।
ਹੱਸਣ ਤੋਂ ਉਸ ਨੂੰ ਪ੍ਰਕਾਸ਼ ਕੌਰ ਵੀ ਟੋਕਦੀ ਰਹਿੰਦੀ ਸੀ। ਵੈਸੇ ਦੋਵਾਂ ਦੀ ਜੋੜੀ ਤੋਂ ਸਾਰੇ ਖੁਸ਼ ਵੀ ਸਨ। ਸੁਰਜਨ ਸਿੰਘ ਦੇ ਦੋਸਤਾਂ ਨੂੰ ਇਸ ਰਿਸ਼ਤੇ ਦਾ ਹੌਲੀ ਹੌਲੀ ਪਤਾ ਚੱਲਿਆ। ਸ਼ਿਵਰਾਜ ਸਿੰਘ ਤੱਕ ਖਬਰ ਪੁੱਜੀ ਤਾਂ ਉਸ ਦੀ ਪਤਨੀ ਦਾ ਪ੍ਰਕਾਸ਼ ਕੌਰ ਨੂੰ ਫੋਨ ਆ ਗਿਆ। ਕਹਿਣ ਲੱਗੀ, ਭੈਣ ਜੀ, ਤੁਹਾਡਾ ਜੁਆਈ ਤਾਂ ਬਹੁਤ ਹੀ ਤੇਜ਼ ਨਿਕਲਿਆ ਜੀ, ਕੁੜੀ ਨੂੰ ਮੁਟਿਆਰ ਵੀ ਨਹੀਂ ਹੋਣ ਦਿੱਤਾ। ਭੈਣ ਜੀ, ਪ੍ਰੋਫੈਸਰ ਹੈ, ਤੇਜ਼ ਤਾਂ ਹੋਣਾ ਹੀ ਹੋਇਆ, ਨਾਲੇ ਉਹਦਾ ਹੱਕ ਵੀ ਬਣਦਾ ਹੈ। ਪ੍ਰਕਾਸ਼ ਕੌਰ ਸਮਝਦੀ ਸੀ ਕਿ ਉਹਨਾਂ ਦਾ ਛੋਟਾ ਮੁੰਡਾ ਬਲਵੀਰ ਵੀ ਵਿਆਹਣ ਵਾਲਾ ਸੀ। ਇੱਕ ਵਾਰ ਉਹ ਸੁਖਬੀਰ ਦਾ ਰਿਸ਼ਤਾ ਮੰਗ ਵੀ ਚੁੱਕੇ ਸਨ, ਪਰ ਬਲਵੀਰ ਅਨਪੜ੍ਹ ਸੀ ਅਤੇ ਸੁਭਾਅ ਦਾ ਵੀ ਖਰਬਾ ਸੀ। ਰਿਸ਼ਤੇ ਦੀ ਗੱਲ ਤਾਂ ਗੁਰਬੰਸ ਕੌਰ ਨੇ ਆਪਣੇ ਛੋਟੇ ਮੁੰਡੇ ਹਰਮੀਤ ਦੇ ਲਈ ਵੀ ਕੀਤੀ ਸੀ, ਪਰ ਉਹਨਾਂ ਦਿਨਾਂ ਦੇ ਵਿੱਚ ਹੀ ਉਹ ਰਾਜੂ ਦੇ ਲਈ ਹਾਂ ਕਰ ਚੁੱਕੇ ਸਨ। ਇੱਕ ਦਿਨ ਸਾਧੂ ਸਿੰਘ ਦਾ ਫੋਨ ਆ ਗਿਆ ਕਿ ਉਹ ਮਿਲਣਾ ਚਾਹੁੰਦਾ ਹੈ, ਪਰ ਮਿਲਣ ਦਾ ਕਾਰਨ ਉਸਨੇ ਕੋਈ ਨਾ ਦੱਸਿਆ। ਫਿਰ ਸੁਰਜਨ ਸਿੰਘ ਹੈਰਾਨ ਹੋਣ ਲੱਗਿਆ ਕਿ ਇਵੇਂ ਅਚਾਨਕ ਕਿਉਂ ਮਿਲਣਾ ਹੈ ਉਹਨੇ। ਭਾਵੇਂ ਕੁੜਮਾਚਾਰੀ ਸੀ, ਪਰ ਸੁਰਜਨ ਸਿੰਘ ਉਸਨੂੰ ਮਿਲ ਕੇ ਕਦੇ ਵੀ ਖੁਸ਼ ਨਹੀਂ ਸੀ ਹੁੰਦਾ। ਉਹ ਸਦਾ ਹੀ ਆਪਣੇ ਵਿਚਾਰ ਅਗਲੇ ਉੱਪਰ ਥੋਪਣ ਦੀ ਕੋਸ਼ਿਸ਼ ਕਰਦਾ। ਜਦ ਵੀ ਮਿਲਦਾ, ਸੁਰਜਨ ਸਿੰਘ ਨੂੰ ਅੰਮ੍ਰਿਤ ਛਕਣ ਦੇ ਲਈ ਆਖਦਾ ਅਤੇ ਦਿਲਬਾਗ ਨੂੰ ਵੀ ਸਿੰਘ ਸਜਾਉਣ ਦੀਆਂ ਜਿਹੜੀਆਂ ਗੱਲਾਂ ਕਰਨ ਲੱਗਦਾ ਸੀ। ਉਹ ਸੁਰਜਨ ਸਿੰਘ ਨੂੰ ਇਹ ਵੀ ਸ਼ਿਕਾਇਤ ਕਰਦਾ ਕਿ ਦਿਲਬਾਗ ਦਲਜੀਤ ਨੂੰ ਪੱਬਾਂ ਦੇ ਵਿੱਚ ਲੈ ਜਾ ਕੇ ਵਿਗਾੜ ਰਿਹਾ। ਮਨਿੰਦਰਾ ਤੋਂ ਉਹ ਭਾਵੇਂ ਖੁਸ਼ ਸਨ, ਪਰ ਮਨਿੰਦਰਾ ਦੇ ਨਾਲ ਇਹ ਸ਼ਿਕਾਇਤ ਹਮੇਸ਼ਾ ਰਹਿੰਦੀ ਸੀ ਕਿ ਉਸ ਬਲਜੀਤ ਨੂੰ ਗੁਰੂ ਦੇ ਲੜ ਲਾਉਣ ਦੇ ਵਿੱਚ ਫੇਲ ਰਹੀ ਹੈ। ਉਹ ਮਨਿੰਦਰਾ ਨੂੰ ਸੁਰਜਨ ਸਿੰਘ ਦੇ ਘਰ ਬਹੁਤ ਨਹੀਂ ਸੀ ਜਾਣ ਦਿੰਦੇ, ਕਿਉਂਕਿ ਉੱਥੇ ਮੀਟ ਬਣਦਾ ਸੀ, ਉਹਨਾਂ ਦੀ ਫਰਿੱਜ ਦੇ ਵਿੱਚ ਵਾਈਨ ਵੀ ਪਈ ਹੁੰਦੀ ਸੀ। ਜੇ ਮਨਿੰਦਰਾ ਕਦੇ ਸੁਰਜਨ ਦੇ ਘਰ ਆਉਂਦੀ ਵੀ ਤਾਂ ਸਵਰਨ ਕੌਰ ਦੇ ਨਾਲ ਹੁੰਦੀ। ਠੀਕ 4:30 ਵਜੇ ਸਾਧੂ ਸਿੰਘ ਉਹਨਾਂ ਦੇ ਘਰ ਆ ਪੁੱਜਿਆ, ਉਸ ਦੇ ਨਾਲ ਦੋ ਬੰਦੇ ਹੋਰ ਵੀ। ਪੂਰੇ 5 ਕਕਾਰੀ ਜਾਣੀ ਕਿ ਅੰਮ੍ਰਿਤ ਛਕੇ ਹੋਏ ਸਨ, 5 ਕਕਾਰੀ ਸਿੰਘ। ਉਹਨਾਂ ਨੂੰ ਦੇਖ ਕੇ ਇੱਕ ਵਾਰ ਤਾਂ ਸੁਰਜਨ ਦਾ ਮੱਥਾ ਠਣਕਿਆ ਕਿ ਉਸਨੂੰ ਅੰਮ੍ਰਿਤ ਛਕਣ ਦੇ ਲਈ ਜ਼ੋਰ ਪਾਉਣ ਆਏ ਹੋਣਗੇ। ਉਹ ਆਪਣੇ ਆਪ ਨੂੰ ਤਿਆਰ ਕਰਨ ਲੱਗਿਆ ਕਿ ਕਿਸੇ ਫਜ਼ੂਲ ਸੋਚ ਦਾ ਠੋਕਵਾਂ ਜਵਾਬ ਦੇ ਸਕੇ। ਉਸਨੇ ਉਹਨਾਂ ਨੂੰ ਫਤਿਹ ਬੁਲਾਈ ਅਤੇ ਫਰੰਟ ਰੂਮ ਦੇ ਵਿੱਚ ਲੈ ਗਿਆ। ਸਾਧੂ ਸਿੰਘ ਨੇ ਨਾਲ ਦੇ ਸੱਜਣਾਂ ਦੀ ਜਾਣਕਾਰੀ ਕਰਾਉਂਦੇ ਕਿਹਾ, ਇਹਨੇ ਸਰਦਾਰ ਸੰਪੂਰਨ ਸਿੰਘ ਗਰਚਾ ਅਤੇ ਇਹ ਨੇ ਸਰਦਾਰ ਪਿਆਰਾ ਸਿੰਘ ਸਹੋਤਾ। ਸੁਰਜਨ ਨੇ ਉਹ ਦੋਵੇਂ ਕੁਝ ਇੱਕ ਵਾਰ ਪਹਿਲਾਂ ਵੀ ਕਿਤੇ ਦੇਖੇ ਹੋਏ ਸਨ। ਜੂਸ ਪੀਂਦਿਆਂ ਸਾਧੂ ਸਿੰਘ ਕਹਿਣ ਲੱਗਿਆ, ਚਾਲ ਸਾਹਿਬ, ਇਹ ਦੋਨੋਂ ਸਿੰਘ ਸਾਹਿਬਾਨ ਵੀ ਲੇਟਰ ਰਹਿੰਦੇ ਹੈ, ਸਾਡੇ ਗੁਰਦੁਆਰੇ ਇਹਨਾਂ ਦੀ ਆਉਣੀ ਜਾਣੀ ਹੈ, ਕਮੇਟੀ ਦੇ ਵਿੱਚ ਵੀ ਹੈਗੇ ਹੈ। ਇਹ ਬਹੁਤ ਹੀ ਸ਼ਿੱਦਤ ਦੇ ਨਾਲ ਮਹਿਸੂਸ ਕਰ ਰਿਹਾ ਹੈ ਕਿ ਇਸ ਇਲਾਕੇ ਦੀ ਸੰਗਤ ਨੂੰ ਇਸ ਇਲਾਕੇ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੀ ਬਹੁਤ ਸਖ਼ਤ ਲੋੜ ਹੈ। ਮੇਰੀ ਜਾਂਚੇ ਕੋਈ ਹਿਲਜੁਲ ਤਾਂ ਹੋ ਰਹੀ ਹੈ, ਕੱਲ੍ਹ ਕੋਈ ਗੱਲ ਕਰ ਰਿਹਾ ਸੀ ਇਸ ਬਾਰੇ ਜੀ, ਪਰ ਸਾਨੂੰ ਜੱਟਾਂ ਦਾ ਗੁਰਦੁਆਰਾ ਚਾਹੀਦਾ ਜੀ, ਉਹਨਾਂ ਦੋ ਸਿੰਘਾਂ ਦੇ ਵਿੱਚੋਂ ਇੱਕ ਬੋਲਿਆ। ਸੁਰਜਨ ਸਿੰਘ ਹੈਰਾਨ ਹੁੰਦਾ ਕਹਿਣ ਲੱਗਿਆ, ਕਮਾਲ ਹੈ ਸਰਦਾਰ ਜੀ, ਸਿੱਖ ਧਰਮ ਤਾਂ ਜਾਤਾਂ ਦਾ ਖਾਤਮਾ ਕਰਕੇ ਹੀ ਤਾਂ ਖਾਲਸਾ ਸਿਰਜਦਾ, ਤੁਸੀਂ ਜਾਤਾਂ ਨੂੰ ਲੈ ਕੇ ਗੁਰਦੁਆਰੇ ਦੇ ਵਿੱਚ ਵੰਡੀਆਂ ਪਾ ਰਹੇ ਹੋ। ਸੁਰਜਨ ਸਿੰਘ ਦੀ ਗੱਲ ਸੁਣ ਕੇ ਤਿੰਨੋਂ ਹੀ ਠਿੜਕ ਪਏ। ਅਜਿਹੇ ਜਵਾਬ ਦੀ ਉਹਨਾਂ ਨੇ
ਕਦੇ ਆਸ ਵੀ ਨਹੀਂ ਸੀ ਰੱਖੀ ਉੱਤੋਂ। ਸਥਿਤੀ ਬਹੁਤ ਹੀ ਅਸਾਵੀ ਜਿਹੀ ਹੋ ਗਈ। ਮੌਕਾ ਸੰਭਾਲਦਾ ਪਿਆਰਾ ਸਿੰਘ ਸੁਹੋਤਾ ਬੋਲਿਆ, ਸਰਦਾਰ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ। ਸਿੱਖ ਧਰਮ ਦੇ ਵਿੱਚ ਕੋਈ ਜਾਤ ਨਹੀਂ ਹੋਣੀ ਚਾਹੀਦੀ। ਗੁਰਬਾਣੀ ਕਹਿੰਦੀ ਹੈ ਕਿ ਏਕ ਜਾਤ ਮਾਨਸ ਪਰ। ਇਹ ਜੋ ਅੱਡ ਅੱਡ ਗੁਰਦੁਆਰੇ ਬਣ ਰਹੇ ਹੈ ਨਾ, ਰਾਮਗੜੀਆ ਗੁਰਦੁਆਰਾ, ਰਵਿਦਾਸ ਗੁਰਦੁਆਰਾ, ਭਾਟੜਾ ਬਰਾਦਰੀ ਦਾ ਗੁਰਦੁਆਰਾ, ਇਹਨਾਂ ਨੇ ਸਾਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਕਿ ਅਸੀਂ ਵੀ ਆਪਣਾ ਗੁਰਦੁਆਰਾ ਅਲੱਗ ਬਣਾਈਏ ਜੀ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਸਾਨੂੰ ਕੋਈ ਆਪਣੇ ਜੱਟ ਹੋਣ ਦਾ ਕੋਈ ਹਉਮੈ ਹੈ, ਸਗੋਂ ਇਹਦਾ ਕਾਰਨ ਇਹ ਹੈ ਕਿ ਇਹ ਉਹ ਸਾਨੂੰ ਆਪਣੇ ਤੋਂ ਅਲੱਗ ਸਮਝ ਰਹੇ ਹੈ ਅਤੇ ਸਾਨੂੰ ਆਪਣੇ ਗੁਰਦੁਆਰਿਆਂ ਦੇ ਵਿੱਚ ਵੜਨ ਨਹੀਂ ਦੇ ਰਹੇ। ਉਸਦੇ ਮਗਰ ਹੀ ਸੰਪੂਰਨ ਸਿੰਘ ਜਿਹੜੇ ਸਨ ਗਰਚਾ ਕਹਿਣ ਲੱਗਿਆ, ਸਰਦਾਰ ਜੀ ਇਹ ਜਿਹੜੀਆਂ ਜਾਤਾਂ ਹੁੰਦੀਆਂ ਨਾ, ਇਹ ਕਬੀਲੇ ਵਾਂਗ ਹੁੰਦੀਆਂ। ਇਹਨਾਂ ਦੇ ਜੀਣ ਦੇ ਤਰੀਕੇ ਦੇ ਵਿੱਚ ਫਰਕ ਹੁੰਦਾ ਹੈ। ਸਾਡੀਆਂ ਕਈ ਕਿਸਮ ਦੀਆਂ ਰਹਿਤਾਂ ਦੇ ਵਿੱਚ ਵੀ ਫਰਕ ਹੈ। ਇਸ ਲਈ ਅਸਾਂ ਇੱਕ ਦੂਜੇ ਨੂੰ ਕਈ ਵਾਰ ਸਹਿੰਦੇ ਨਹੀਂ ਹਾਂ। ਇਸੇ ਲਈ ਰਾਮਗੜੀਆ ਗੁਰਦੁਆਰੇ ਵਾਲੇ ਸਾਨੂੰ ਲਾਗੇ ਨਹੀਂ ਲੱਗਣ ਦਿੰਦੇ ਜੀ। ਜੇ ਨਹੀਂ ਦੇ ਰਹੇ ਤਾਂ ਕੀ ਕਰੀਏ? ਉਹਨਾਂ ਦੀਆਂ ਮਿੰਨਤਾਂ ਕਰੀਏ ਜਾਂ ਫਿਰ ਆਪਣਾ ਗੁਰਦੁਆਰਾ ਬਣਾ ਲਈਏ? ਸਰਦਾਰ ਜੀ ਮੈਂ ਬਹੁਤਾ ਕੁਝ ਕਹਿ ਕੇ ਤੁਹਾਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ, ਪਰ ਮੈਨੂੰ ਪਤਾ ਕਿ ਇਹ ਗੁਰਦੁਆਰੇ ਚੌਧਰ ਚਮਕਾਉਣ ਦੀਆਂ ਥਾਵਾਂ ਬਣ ਗਈਆਂ। ਜਦ ਇੱਕ ਗੁਰਦੁਆਰੇ ਦੇ ਵਿੱਚ ਚੌਧਰ ਨਹੀਂ ਮਿਲਦੀ ਨਾ, ਤਾਂ ਨਾਰਾਜ਼ ਹੋਣੇ ਬੰਦੇ ਆਪਣਾ ਅਲੱਗ ਗੁਰੂ ਘਰ ਗੁਰਦੁਆਰਾ ਖੜ੍ਹਾ ਕਰ ਲੱਗ ਜਾਂਦੇ ਹੈ। ਇਹ ਗੱਲ ਨਹੀਂ ਜੀ, ਇਹ ਗੱਲ ਨਹੀਂ, ਤੁਸੀਂ ਗਲਤ ਸੋਚ ਰਹੇ ਹੋ। ਹੁਣ ਬਾਰਕਿੰਗ ਵਾਲਾ ਗੁਰਦੁਆਰਾ ਸਾਹਿਬ ਸਾਨੂੰ ਦੂਰ ਹੀ ਬਹੁਤ ਪੈਂਦਾ ਜੀ, ਇਸੇ ਕਰਕੇ ਅਸੀਂ ਇੱਥੇ ਗੁਰਦੁਆਰਾ ਸਾਹਿਬ ਦੀ ਲੋੜ ਮਹਿਸੂਸ ਕਰਦੇ ਹਾਂ। ਸੁਰਜਨ ਸਿੰਘ ਕਹਿਣਾ ਚਾਹੁੰਦਾ ਸੀ ਕਿ ਕਬੀਲੇ ਵਾਲੀ ਦਲੀਲ ਤਾਂ ਬਹੁਤ ਹੀ ਫਜ਼ੂਲ ਹੈ। ਅੱਜ ਦਾ ਸਮਾਜ ਬਹੁਤ ਵਸੀਹ ਹੋ ਚੁੱਕਿਆ। ਜਾਤਾਂ ਦੇ ਨਾਂ 'ਤੇ ਲੋਕਾਂ ਨੂੰ ਭਾਵੁਕ ਕਰਕੇ ਮਾਇਆ ਦੇ ਗੱਫਿਆਂ ਦੇ ਸਾਧਨ ਪੈਦਾ ਕੀਤੇ ਜਾ ਰਹੇ ਨੇ। ਗੁਰਦੁਆਰਿਆਂ ਦੇ ਵਿੱਚ ਚੌਧਰ ਦੀ ਖਾਤਰ ਲੜਾਈਆਂ ਹੁੰਦੀਆਂ, ਕਤਲ ਤੱਕ ਹੋ ਜਾਂਦੇ ਹੈ। ਕਿੰਨੇ ਮੁਕੱਦਮੇ ਅਦਾਲਤ ਦੇ ਵਿੱਚ ਚੱਲ ਰਹੇ ਹੈ, ਸਭ ਕਾਹਦੇ ਲਈ ਹੈ? ਸਿਰਫ ਗੋਲਕ ਲਈ? ਸੁਰਜਨ ਸੋਚ ਰਿਹਾ ਸੀ ਕਿ ਇਹ ਮਹਿਮਾਨ ਨੇ ਅਤੇ ਸਾਧੂ ਸਿੰਘ ਦੇ ਨਾਲ ਆਏ ਨੇ, ਇਸ ਦੇ ਲਈ ਉਹ ਚੁੱਪ ਰਿਹਾ। ਉਸਨੇ ਇੰਨਾ ਹੀ ਕਿਹਾ, ਸਰਦਾਰ ਜੀ ਮੈਂ ਜਾਤਾਂ ਦੇ ਨਾਲ ਜੁੜੇ ਗੁਰਦੁਆਰਿਆਂ ਦੇ ਨਾਲ ਸਹਿਮਤ ਨਹੀਂ ਜੀ, ਪਰ ਤੁਸੀਂ ਮਾਣ ਦੇ ਨਾਲ ਆਇਓ। ਮੈਨੂੰ ਲੱਗਦਾ ਕਿ ਫੰਡ ਚਾਹੀਦਾ ਹੋਵੇਗਾ। ਜੋ ਵੀ ਹਿਸਾਬ ਦੇ ਨਾਲ ਮੇਰੇ ਜਿੰਮੇ ਤੁਸੀਂ ਲਾਵੋਗੇ ਮੈਂ ਦੇ ਦੇਵਾਂਗਾ। ਚਾਲ ਸਾਹਿਬ, ਫੰਡ ਤਾਂ ਇੱਕ ਗੱਲ ਹੈ, ਤੁਸੀਂ ਇਸ ਇਲਾਕੇ ਦੇ ਵਿੱਚ 12-14 ਸਾਲ ਤੋਂ ਰਹਿੰਦੇ ਹੋ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਨਾਲ ਤੁਰੋ। ਇਹ ਕੰਮ ਇਕੱਲੇ ਬੰਦੇ ਦਾ ਨਹੀਂ, ਬਹੁਤ ਮੁਸ਼ਕਲ ਟਾਸਕ ਹੈ ਜੀ। ਸੰਗਤ ਨੂੰ ਲਾਮਬੰਦ ਕਰਨਾ ਹੋਏਗਾ, ਗੁਰਦੁਆਰੇ ਦੇ ਲਈ ਜਗ੍ਹਾ ਨਿਸ਼ਚਿਤ ਕਰਨੀ ਹੋਏਗੀ, ਨਕਸ਼ਾ ਆਦਿ ਵੀ। ਤੁਹਾਡੇ ਵਰਗੇ ਪੜ੍ਹੇ ਲਿਖੇ ਲੋਕਾਂ ਦੀ ਇਸ ਕੰਮ ਦੇ ਲਈ ਬਹੁਤ ਜ਼ਰੂਰਤ ਹੈ। ਸਰਦਾਰ ਜੀ ਮੈਂ ਬਿਲਕੁਲ ਵੀ ਧਾਰਮਿਕ ਬੰਦਾ ਨਹੀਂ ਜੀ, ਮੈਂ ਤਾਂ ਗੁਰਦੁਆਰੇ ਵੀ ਦਿਨ ਸੁਧ 'ਤੇ ਹੀ ਜਾਂਦਾ। ਤੁਹਾਨੂੰ ਜਾਣਾ ਚਾਹੀਦਾ, ਹਰ ਰੋਜ਼ ਆਇਆ ਕਰੋ, ਮੱਥਾ ਟੇਕ ਕੇ ਆਸ਼ੀਰਵਾਦ ਲੈਣਾ ਚਾਹੀਦਾ ਤਾਂ ਜੋ ਤੁਹਾਡਾ ਜਨਮ ਸਫਲ ਹੋ ਸਕੇ। ਸਰਦਾਰ ਜੀ ਮੇਰੇ ਲਈ ਇਹਨਾਂ ਗੱਲਾਂ ਦੀ ਕੋਈ ਇੰਪੋਰਟੈਂਸ ਨਹੀਂ ਹੈ। ਕਿ ਗੁਰਦੁਆਰਾ ਇੰਪੋਰਟੈਂਟ ਨਹੀਂ?
ਮੇਰੇ ਲਈ ਗੁਰਦੁਆਰੇ ਜਾਣਾ, ਜਨਮ ਸਫਲ ਕਰਨਾ ਕੋਈ ਮਾਇਨੇ ਨਹੀਂ ਰੱਖਦਾ ਜੀ। ਹਾਂ, ਜਿਹੜੀ ਗੱਲ ਤੁਸੀਂ ਗੁਰਦੁਆਰਿਆਂ ਦੀ ਇੰਪੋਰਟੈਂਸ ਦੀ ਕਰਦੇ ਹੋ, ਇਸ ਮੁਲਕ ਦੇ ਵਿੱਚ ਗੁਰਦੁਆਰੇ ਬਹੁਤ ਜ਼ਰੂਰੀ ਹੈ। ਗੁਰਦੁਆਰੇ ਆਪਣਾ ਸੱਭਿਆਚਾਰ ਸਾਂਭਣ ਦੇ ਕੰਮ ਵੀ ਆਉਂਦੇ ਹੈ। ਸਾਡੇ ਬੱਚੇ ਪੱਛਮੀ ਸੱਭਿਆਚਾਰ ਦੀ ਚਕਾਚੌਂਧ ਦੇ ਵਿੱਚ ਫਸ ਕੇ ਆਪਣੇ ਕਲਚਰ ਤੋਂ ਦੂਰ ਜਾ ਰਹੇ ਨੇ। ਗੁਰਦੁਆਰੇ, ਮੰਦਰ, ਮਸਜਿਦਾਂ ਇਸ ਗੱਲ ਦੇ ਵਿੱਚ ਸਹਾਈ ਹੁੰਦੇ ਹੈ। ਇਹੋ ਹੀ ਗੱਲ ਤਾਂ ਅਸੀਂ ਕਹਿ ਰਹੇ ਹਾਂ ਕਿ ਸਾਨੂੰ ਆਪਣੀ ਪਛਾਣ ਬਣਾਉਣੀ ਚਾਹੀਦੀ ਹੈ, ਨਹੀਂ ਤਾਂ ਸਾਡੇ ਬੱਚੇ ਗੋਰੀ ਸੱਭਿਅਤਾ ਦੇ ਵਿੱਚ ਗਰਕ ਜਾਣਗੇ। ਇਸ ਲਈ ਕਹਿੰਦੇ ਹਾਂ ਕਿ ਆਪ ਵੀ ਅਤੇ ਬੱਚਿਆਂ ਨੂੰ ਵੀ ਗੁਰਦੁਆਰੇ ਲਿਆਓ, ਸਿੰਘ ਸਜਾ ਕੇ ਗੁਰੂ ਦੇ ਲੜ ਲਾਓ, ਉਹਨਾਂ ਦੇ ਮੀਟ ਸ਼ਰਾਬ ਛਡਾਓ ਅਤੇ ਆਪਣਾ ਸੱਭਿਆਚਾਰ ਸਾਂਭੋ। ਮਾਫ਼ ਕਰਨਾ ਜੀ, ਮਾਫ਼ ਕਰਨਾ, ਤੁਸੀਂ ਸੱਭਿਆਚਾਰ ਅਤੇ ਧਰਮ ਨੂੰ ਇੱਕੋ ਜਗ੍ਹਾ ਰੱਖੀ ਜਾ ਰਹੇ ਹੋ ਜੀ, ਇਹ ਦੋ ਕਿਵੇਂ ਹੋ ਗਏ? ਸੱਭਿਆਚਾਰ ਇਲਾਕੇ ਦਾ ਜਾਂ ਕਬੀਲੇ ਦਾ ਜਿਵੇਂ ਤੁਸੀਂ ਕਹਿੰਦੇ ਸੀ ਹੋ ਸਕਦਾ, ਪਰ ਧਰਮ ਨਿੱਜੀ ਹੁੰਦਾ ਹੈ, ਨਿੱਜ ਦਾ ਮਸਲਾ ਹੈ। ਸਾਰੇ ਪੰਜਾਬੀਆਂ ਦਾ ਇੱਕ ਸੱਭਿਆਚਾਰ ਹੈ, ਪਰ ਧਰਮ ਕਈ ਹੈ। ਇੱਦਾਂ ਹੀ ਸਿੱਖੀ ਦੀਆਂ ਕਿੰਨੀਆਂ ਬਰਾਂਚਾਂ ਹੈਗੀਆਂ, ਪਰ ਸੱਭਿਆਚਾਰ ਇੱਕੋ ਹੈ। ਸੁਰਜਨ ਦੀ ਗੱਲ ਸੁਣ ਕੇ ਉਹ ਚੁੱਪ ਕਰ ਗਏ ਅਤੇ ਇੱਕ ਦੂਜੇ ਵੱਲ ਦੇਖਦੇ ਤੁਰੰਤ ਲਈ ਪੈਰ ਮਲਣ ਲੱਗ ਗਏ। ਸੁਰਜਨ ਸਿੰਘ ਫਿਰ ਬੋਲਿਆ, ਕਿਹਾ, ਸਰਦਾਰ ਜੀ, ਮੈਂ ਇੰਡੀਅਨ ਕਮਿਊਨਿਟੀ ਦਾ ਇੱਕ ਅੰਗ ਹਾਂ, ਤੁਸੀਂ ਜੋ ਵੀ ਢਾਲ ਲਵੋਗੇ ਮੈਂ ਦੇ ਦੇਵਾਂਗਾ। ਉੱਠ ਕੇ ਚਲੇ ਗਏ। ਪ੍ਰਕਾਸ਼ ਕੌਰ ਦੂਜੇ ਕਮਰੇ ਦੇ ਵਿੱਚ ਉਹਨਾਂ ਦੀ ਸਾਰੀ ਗੱਲਬਾਤ ਸੁਣ ਰਹੀ ਸੀ। ਉਹ ਆ ਕੇ ਬੋਲੀ, ਜੀ, ਇਹ ਭਲਾ ਤੁਹਾਡੀ ਕੀ ਆਦਤ ਹੋਈ ਕਿ ਅਗਲੇ ਨੂੰ ਝਾੜ ਕੇ ਰੱਖ ਦੇਣਾ? ਇੱਕ ਵਾਰੀ ਅਗਲਾ ਕੁੜਮਾਚਾਰੀ ਦੇ ਮਾਣ ਦੇ ਨਾਲ ਆਇਆ ਸੀ ਅਤੇ ਤੁਸੀਂ ਮੂਹਰਿਓਂ ਖੁੰਭ ਠਾਪਣ ਲੱਗ ਪੈਂਦੇ ਹੋ। ਉਹ ਬੁੜੀਏ, ਤੈਨੂੰ ਭਲਾ ਕਿਸੇ ਗੱਲ ਦੀ ਸਮਝ ਲੱਗੀ ਹੈ? ਆਹੋ ਲੱਗੀ ਹੈ। ਪਹਿਲਾਂ ਤੁਸੀਂ ਕਿਹਾ ਕਿ ਗੁਰਦੁਆਰੇ ਨਹੀਂ ਚਾਹੀਦੇ, ਫਿਰ ਕਿਹਾ ਬਈ ਚਾਹੀਦੇ ਹੈ, ਅਤੇ ਫਿਰ ਇੱਕ ਹੋਰ ਉਲਟੀ ਜਿਹੀ ਗੱਲ ਕੱਢ ਮਾਰੀ ਤੁਸਾਂ। ਉਹ ਬੁੜੀਏ, ਮੈਂ ਕਿਹਾ ਬਈ ਮੈਂ ਧਾਰਮਿਕ ਬੰਦਾ ਨਹੀਂ, ਉਦਾਂ ਗੁਰਦੁਆਰਿਆਂ ਦੀ ਲੋੜ ਹੈਗੀ ਹੈ, ਮੈਨੂੰ ਨਹੀਂ ਹੋਰਨਾਂ ਨੂੰ ਹੈ, ਅਗਾਂਹ ਦੀ ਨਸਲ ਨੂੰ ਹੈ। ਬੱਚਿਆਂ ਨੂੰ ਤਾਂ ਸਕੂਲਾਂ ਦੇ ਵਿੱਚ ਧਰਮ ਦੀ ਸਿੱਖਿਆ ਦਿੱਤੀ ਹੀ ਜਾਣੀ ਹੈ। ਜੇ ਮਾਪੇ ਆਪਣਾ ਧਰਮ ਨਹੀਂ ਸਿਖਾਉਣਗੇ ਤਾਂ ਬੱਚੇ ਕਿਸੇ ਹੋਰ ਧਰਮ ਵੱਲ ਵੀ ਤਾਂ ਝੁੱਕ ਸਕਦੇ ਹੈ। ਤੁਸੀਂ ਤਾਂ ਆਪਣੀਆਂ ਧੀਆਂ ਨੂੰ ਕੁਝ ਨਹੀਂ ਸਿਖਾਇਆ ਕਦੇ। ਮੇਰੀਆਂ ਧੀਆਂ ਸਭ ਸਿੱਖੀਆਂ ਸਿਖਾਈਆਂ ਹੈ। ਮੈਂ ਤਾਂ ਇਹੋ ਹੀ ਸ਼ੁਕਰ ਕਰਦਾ ਕਿ ਇਹ ਜਵਾਲਾ ਸ਼ਾਹ ਦੇ ਰੋਡ ਤੋਂ ਬਚ ਗਈਆਂ। ਉਹ ਆਪਣੀ ਫਿਰ ਘਰ ਵਾਲੀ ਨੂੰ ਟਿੱਚਰ ਕਰ ਦਿੰਦਾ ਹੈ। ਰੋਇਲ ਡੀਨ ਦੇ ਵਿੱਚ ਏਸ਼ੀਅਨ ਅਤੇ ਕਾਲਿਆਂ ਦੀ ਗਿਣਤੀ ਦੇਖ ਕੇ ਗੁਲਵੰਤ ਹੈਰਾਨ ਸੀ। ਏਸ਼ੀਅਨ ਲੋਕ ਇੰਨੇ ਸਨ ਕਿ ਸਾਰਾ ਦਿਨ ਅੰਗਰੇਜ਼ੀ ਦਾ ਇੱਕ ਅੱਖਰ ਵੀ ਬੋਲਣ ਦੀ ਲੋੜ ਨਹੀਂ ਸੀ। ਇੰਸਪੈਕਟਰ ਪੰਜਾਬੀ ਬੁੱਕ ਰੂਮ ਦੇ ਵਿੱਚ ਪੰਜਾਬੀ ਜਾਂ ਗੁਜਰਾਤੀ, ਯੂਨੀਅਨ ਵਿੱਚ ਵੀ ਏਸ਼ੀਅਨ, ਇੱਥੇ ਆ ਕੇ ਉਸ ਨੂੰ ਇੱਕ ਹੋਰ ਰਾਹਤ ਮਿਲੀ ਕਿ ਇੱਥੇ ਸਾਰੇ ਹੀ ਵੱਡੀਆਂ ਨੌਕਰੀਆਂ ਛੱਡ ਕੇ ਆਏ ਲੋਕ ਸਨ। ਮਾਸਟਰ, ਪ੍ਰੋਫੈਸਰ, ਵਕੀਲ। ਇੱਕ ਹੋਰ ਅਜੀਬ ਗੱਲ ਸੀ ਕਿ ਰੋਇਲ ਡੀਨ ਦੇ ਵਿੱਚ ਕੰਮ ਕਰਦੇ ਬਹੁਤੇ ਲੋਕ ਆਪਸ ਦੇ ਵਿੱਚ ਰਿਸ਼ਤੇਦਾਰ ਸਨ। ਸਾਲੇ ਭਨੋਈਏ, ਚਾਚੇ ਭਤੀਜੇ, ਮਾਮੇ ਭਾਣਜੇ, ਪਿਓ ਪੁੱਤਰ, ਸਹੁਰੇ ਜਵਾਈ, ਜਿਹਨੂੰ ਇੱਥੇ ਨੌਕਰੀ ਮਿਲ ਜਾਂਦੀ ਉਹ ਆਪਣੇ ਹੋਰਨਾਂ ਨੂੰ ਵੀ, ਪਰਿਵਾਰ ਦੇ ਮੈਂਬਰਾਂ ਨੂੰ ਇੱਥੇ ਹੀ ਖਿੱਚਣ ਲੱਗਦਾ। ਹੁਣ ਔਰਤਾਂ ਨੂੰ ਵੀ ਡਾਕਖਾਨੇ ਦੇ ਵਿੱਚ ਕੰਮ ਕਰਨ ਦੀ ਇਜਾਜ਼ਤ ਮਿਲ ਜਾਣ ਦੇ ਕਰਕੇ ਕਈ ਭੈਣ ਭਰਾ, ਪਤੀ ਪਤਨੀ, ਪਿਓ ਧੀ ਆਦਿ ਜੋੜੇ ਵੀ
ਬਣ ਗਏ। ਇਸ ਤਰ੍ਹਾਂ ਰੋਇਲ ਡੀਨ ਇੱਕ ਕਿਸਮ ਦਾ ਸਮਾਜਿਕ ਅਧਾਰਾ ਜਿਹਾ ਵੀ ਬਣਿਆ ਹੋਇਆ ਸੀ। ਕਈ ਕਿਸਮ ਦੀਆਂ ਪਾਰਟੀਆਂ ਚੱਲਦੀਆਂ ਹੀ ਰਹਿੰਦੀਆਂ ਸਨ, ਕਦੇ ਕ੍ਰਿਸਮਸ ਪਾਰਟੀ ਅਤੇ ਕਦੇ ਦੀਵਾਲੀ ਦੀ, ਕਦੇ ਵਿਸਾਖੀ ਦੀ ਅਤੇ ਕਦੇ ਈਦ ਦੀ। ਕਿਸੇ ਦੇ ਪਰਿਵਾਰ ਦੇ ਵਿੱਚ ਮੁੰਡਾ ਜੰਮਦਾ ਤਾਂ ਦੋਸਤ ਉਸਨੂੰ ਘੇਰ ਲੈਂਦੇ। ਜਦ ਇੰਡੀਆ ਕ੍ਰਿਕਟ ਦਾ ਵਰਲਡ ਕੱਪ ਜਿੱਤਿਆ ਦਾ ਇੰਡੀਅਨ ਲੋਕਾਂ ਨੇ ਪੂਰੇ ਡਾਕਖਾਨੇ ਨੂੰ ਵੱਡੀ ਪਾਰਟੀ ਕੀਤੀ। ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਭ ਰਲ ਕੇ ਖਾਂਦੇ ਪੀਂਦੇ। ਰੋਇਲ ਡੀਨ ਦੇ ਵਿੱਚ ਸ਼ਰਾਬ ਬਹੁਤੀ ਪੀਤੀ ਜਾਂਦੀ, ਮੁਸਲਮਾਨ ਵੀ ਪੀਂਦੇ ਪਰ ਬਹੁਤੀ ਵਾਰ ਚੋਰੀ ਚੋਰੀ। ਇੱਥੇ ਸਿਆਸਤ ਉੱਪਰ ਵੀ ਜਿਹੜੀਆਂ ਸੀ ਭਖਵੀਆਂ ਬਹਿਸਾਂ ਹੁੰਦੀਆਂ, ਬਰਤਾਨਵੀ ਸਿਆਸਤ ਬਾਰੇ ਵੀ ਅਤੇ ਭਾਰਤੀ ਅਤੇ ਪਾਕਿਸਤਾਨੀ ਸਿਆਸਤ ਬਾਰੇ ਵੀ। ਭਾਰਤ ਪਾਕਿਸਤਾਨ ਸੰਬੰਧ ਤਾਂ ਸਦਾ ਹੀ ਵਿਗੜੇ ਰਹੇ ਸਨ, ਭਖਵੀਂ ਬਹਿਸ ਦਾ ਕਾਰਨ ਬਣੇ ਜਾਂਦੇ ਸਨ। ਸੰਨ 71 ਦੀ ਦੋਨਾਂ ਮੁਲਕਾਂ ਦੀ ਜੰਗ ਸਮੇਂ ਦੋਨਾਂ ਮੁਲਕਾਂ ਦੇ ਕਾਮਿਆਂ ਵਿੱਚ ਆਪਸੀ ਤਣਾਅ ਇੰਨਾ ਵੱਧ ਗਿਆ ਸੀ ਕਿ ਮੈਨੇਜਮੈਂਟ ਸਾਵਧਾਨ ਹੋ ਗਈ ਸੀ ਕਿ ਕੋਈ ਅਣਸੁਖਾਵੀਂ ਘਟਨਾ ਹੀ ਨਾ ਵਾਪਰ ਜਾਵੇ। ਉਸ ਤੋਂ ਬਾਅਦ ਮੁੜ ਦੋਨੋਂ ਧਿਰਾਂ ਆਪਸ ਦੇ ਵਿੱਚ ਠੱਠਾ ਮਸ਼ਕਰੀ ਕਰਨ ਲੱਗ ਪਈਆਂ ਸਨ। ਗੁਲਵੰਤ ਦੇ ਲਈ ਇਹ ਸਭ ਨਵਾਂ ਤਜਰਬਾ ਸੀ। ਉਸਨੂੰ ਪਾਕਿਸਤਾਨੀ ਲੋਕਾਂ ਨੂੰ ਮਿਲਣਾ ਚੰਗਾ ਲੱਗਦਾ। ਉਸਦਾ ਪਾਕਿਸਤਾਨ ਬਾਰੇ ਬਹੁਤ ਕੁਝ ਜਾਣਨਾ ਚਾਹੁੰਦਾ ਸੀ ਉਹ। ਉਸਦਾ ਤਾਂ ਪਾਕਿਸਤਾਨ ਜਾਣ ਨੂੰ ਵੀ ਬਹੁਤ ਦਿਲ ਕਰਦਾ। ਲਾਇਲਪੁਰ ਦੇ ਚੌਧਰੀ ਮਨਸੂਰ ਅਲੀ ਦੇ ਨਾਲ ਉਸਦੀ ਕਈ ਵਾਰ ਡਿਊਟੀ ਪੈ ਜਾਂਦੀ ਸੀ। ਉਹ ਉੱਥੋਂ ਦੀਆਂ ਬਹੁਤ ਸਾਰੀਆਂ ਗੱਲਾਂ ਸੁਣਾਉਂਦਾ, ਪਰ ਗੁਲਵੰਤ ਨੂੰ ਮਨਸੂਰ ਅਲੀ ਦੀ ਇੱਕ ਗੱਲ ਚੰਗੀ ਨਾ ਲੱਗਦੀ ਕਿ ਉਹ ਸਿੱਖਾਂ ਨੂੰ ਹਿੰਦੂਆਂ ਤੋਂ ਅਲੱਗ ਕਰਕੇ ਦੇਖਦਾ ਅਤੇ ਬਹੁਤੀ ਵਾਰ ਹਿੰਦੂਆਂ ਦੇ ਖਿਲਾਫ ਪ੍ਰਚਾਰ ਕਰਨ ਲੱਗ ਜਾਂਦਾ। ਗੁਲਵੰਤ ਉਸਨੂੰ ਟੋਕ ਵੀ ਦਿੰਦਾ ਪਰ ਮਨਸੂਰ ਅਲੀ ਫਿਰ ਸ਼ੁਰੂ ਹੋ ਜਾਂਦਾ। ਇੱਕ ਜਗ੍ਹਾ ਉਸਦੀ ਡਿਊਟੀ ਜਸ਼ ਸ਼ਰਮਾ ਦੇ ਨਾਲ ਪੈਂਦੀ ਅਤੇ ਉਹ ਹੱਸਦਾ ਹੋਇਆ ਦੱਸਣ ਲੱਗਦਾ, ਪਾਕਿਸਤਾਨ ਦਾ ਸਾਡੇ ਮੁਲਕ ਦੇ ਨਾਲ ਕੀ ਮੇਲ ਹੈ, ਸਾਡਾ ਮੁਲਕ ਹਾਥੀ ਅਤੇ ਉਹਦੇ ਸਾਹਮਣੇ ਪਾਕਿਸਤਾਨ ਦਾ ਸਾਈਜ਼ ਮਤਲਬ ਕਿ ਕੁੱਤੇ ਜਿੱਡਾ ਹੈ। ਹਾਥੀ ਦਾ ਕੰਮ ਹੈ ਤੁਰੇ ਜਾਣਾ, ਕੁੱਤੇ ਦਾ ਕੰਮ ਹੈ ਭੌਂਕਦੇ ਰਹਿਣਾ। ਇੱਦਾਂ ਹੀ ਇਹ ਸਾਰੇ ਪਾਕਿਸਤਾਨੀ ਆਪਣੀ ਇਹ ਜੌਬ ਕਰੀ ਜਾਂਦੇ, ਕਹਿੰਦਾ ਉਹ ਉਹਨਾਂ ਨੂੰ ਚੜਾਉਂਦਾ। ਕਈ ਵਾਰ ਉਹ ਕਹਿਣ ਲੱਗਦਾ ਇੰਡੀਆ ਦਾ ਪਾਕਿਸਤਾਨ ਦੇ ਨਾਲ ਕੀ ਮੁਕਾਬਲਾ, ਜਿੰਨਾ ਸਾਰੇ ਪਾਕਿਸਤਾਨ ਦਾ ਬਜਟ ਹੈ ਇੰਨੀ ਤਾਂ ਸਾਡਾ ਇੱਕ ਮਨਿਸਟਰ ਰਿਸ਼ਵਤ ਖਾ ਲੈਂਦਾ ਹੈ, ਮਤਲਬ ਕਿ ਆਪਣੇ ਉੱਤੇ ਵੀ ਲਾਨਤ ਪਵਾ ਲੈਂਦਾ। ਇੱਕ ਅਜੂਬ ਮਲਿਕ ਸੀ, ਉਹ ਕਈ ਵਾਰ ਜਸ਼ ਸ਼ਰਮਾ ਨੂੰ ਛੇੜਨ ਦੇ ਲਈ ਆ ਜਾਂਦਾ, ਆਖਦਾ ਪੰਡਿਤ ਜੀ ਖੁਸ਼ੀਨਾਮੇ ਤੁਸੀਂ ਸਾਨੂੰ ਕਸ਼ਮੀਰ ਦੇਣਾ ਨਹੀਂ, ਖੁਸ਼ੀਨਾਮੇ ਤੁਸੀਂ ਸਾਨੂੰ ਕਸ਼ਮੀਰ ਦੇਣਾ ਨਹੀਂ, ਲੜ ਕੇ ਸਾਡੇ ਤੋਂ ਲਿਆ ਨਹੀਂ ਜਾਣਾ, ਮਗਰ ਕਸ਼ਮੀਰ ਇੰਡੀਆ ਦੇ ਲਈ ਤੁਸੀਂ ਕੀ ਕਰਨਾ ਹੈ, ਫੋੜੇ ਵਾਂਗ ਰਹਿਣਾ, ਫੋੜੇ 'ਤੇ ਲਾਉਣਾ ਰਗੜ ਕੇ, ਹਮੇਸ਼ਾ ਰਿਸ਼ਦਾ ਦਰਦ ਦਿੰਦਾ ਹੈ। ਠੀਕ ਹੈ ਮਲਿਕ ਸਾਹਿਬ, ਤੁਸੀਂ ਸਹੀ ਕਹਿੰਦੇ ਹੋ, ਪਰ ਅਜੀਬ ਗੱਲ ਇਹ ਹੈ ਕਿ ਇਹ ਫੋੜਾ ਤਾਂ ਇੰਡੀਆ ਦੇ ਹੋਏਗਾ ਪਰ ਟੱਪਦਾ ਤਾਂ ਦਰਦ ਦੇ ਨਾਲ ਸਾਰਾ ਪਾਕਿਸਤਾਨ ਫਿਰਦਾ ਹੈ। ਸ਼ਰਮਾ ਅੱਗਿਓਂ ਗੱਲ ਨੂੰ ਵਲ ਕੇ ਆਖ ਜਾਂਦਾ ਸੀ। ਪਾਕਿਸਤਾਨੀਆਂ ਦੇ ਵਿੱਚ ਉਸਦੇ ਕਈ ਚੰਗੇ ਦੋਸਤ ਵੀ ਬਣ ਗਏ ਸਨ। ਗੁਜਰਾਤੀਆਂ ਅਤੇ ਗੋਰਿਆਂ ਕਾਲਿਆਂ ਦੇ ਨਾਲ ਵੀ ਗੁਲਵੰਤ ਖੁੱਲ੍ਹ ਕੇ ਗੱਲਾਂ ਕਰਿਆ ਕਰਦਾ। ਪੁਰਾਣੇ ਲੋਕਾਂ ਦੇ ਨਾਲੋਂ ਉਸਦੀ ਦੋਸਤੀ ਦੇ ਵਿੱਚ ਨਵੇਂ ਲੋਕ ਜ਼ਿਆਦਾ ਆਉਂਦੇ ਸਨ, ਸਾਰੇ ਹੀ ਨਵੇਂ ਪੁਰਾਣਿਆਂ ਦੇ ਵਿੱਚ ਘੱਟ ਭਿੱਜਦੇ ਸਨ। ਅਸਲ ਦੇ ਵਿੱਚ ਹੁਣ ਕਈ ਸਾਲਾਂ ਬਾਅਦ ਰੋਇਲ ਡੀਨ ਦੀ ਭਰਤੀ ਖੁੱਲ੍ਹੀ ਹੋਣ ਦੇ ਕਰਕੇ
ਨਵੀਆਂ ਪੁਰਾਣਿਆਂ ਦੇ ਵਿੱਚ ਕਾਫੀ ਫਰਕ ਆ ਗਿਆ ਸੀ। ਨਵਿਆਂ ਨੇ ਆਪਣੀਆਂ ਅਲੱਗ ਕਲੱਬਾਂ ਬਣਾ ਲਈਆਂ, ਵੱਖਰੀਆਂ ਸੰਦੂਕੜੀਆਂ ਜਿਹੀਆਂ ਲਿਆ ਰੱਖੀਆਂ ਸਨ। ਨਵੇਂ ਪੰਜਾਬੀਆਂ ਵਿੱਚ ਬਹੁਤੇ ਮੁੰਡੇ ਉਹ ਸਨ ਜਿਹੜੇ ਵਿਆਹ ਕਰਾਉਣ ਲਈ ਆਏ ਹੋਏ ਸਨ। ਇਸ ਲਈ ਕਿਸੇ ਨੇ ਮਜ਼ਾਕ ਦੇ ਵਿੱਚ ਨਵਿਆਂ ਦੀ ਕਲੱਬ ਦਾ ਨਾਂ ਹੀ ਮਰਦ ਮੰਗੇਤਰ ਕਲੱਬ ਰੱਖ ਦਿੱਤਾ ਸੀ। ਰੋਇਲ ਡੀਨ ਦੇ ਸਾਰੇ ਹੀ ਪੰਜਾਬੀ ਸੁਰਜਨ ਸਿੰਘ ਨੂੰ ਜਾਣਦੇ ਸਨ। ਚਮਨ ਲਾਲ, ਬਲਦੇਵ ਸਿੰਘ, ਗੁਰਨਾਮ ਆਦਿ ਤਾਂ ਗੁਲਵੰਤ ਨੂੰ ਵਿਸ਼ੇਸ਼ ਤੌਰ 'ਤੇ ਆ ਕੇ ਮਿਲੇ ਅਤੇ ਵੱਖਰਾ ਜਿਹਾ ਨਿੱਘ ਦਿਖਾਇਆ। ਗੁਲਵੰਤ ਕਿਤੇ ਬੈਠਾ ਹੁੰਦਾ ਜਾਂ ਜਾ ਰਿਹਾ ਹੁੰਦਾ, ਸੁਰਜਨ ਸਿੰਘ ਦੇ ਵਾਕਫ ਇੱਕ ਦੂਜੇ ਨੂੰ ਇਸ਼ਾਰਾ ਕਰਕੇ ਦੱਸਦੇ, ਉਹ ਹੈ ਚਾਲ, ਚਾਲ ਦਾ ਜਵਾਈ, ਪ੍ਰੋਫੈਸਰ ਸੀ ਇਹ ਕਪੂਰਥਲੇ। ਗੁਲਵੰਤ ਦੀ ਨੇੜੇ ਦੀ ਢਾਣੀ ਵਿੱਚ ਮੁਸ਼ਤਾਕ, ਐਲਨ ਅਤੇ ਵਿਜੇ ਸਨ। ਇਹ ਸਾਰੇ ਟ੍ਰੇਨਿੰਗ ਵੇਲੇ ਇੱਕੋ ਬੈਚ ਦੇ ਵਿੱਚ ਸਨ ਅਤੇ ਫਿਰ ਇਹਨਾਂ ਸ਼ਿਫਟ ਵੀ ਇੱਕੋ ਹੀ ਲੈ ਲਈ, 2 ਤੋਂ 10 36। 10 36 ਤੋਂ ਬਾਅਦ 4 ਘੰਟੇ ਜਾਂ 7 ਘੰਟੇ ਓਵਰ ਟਾਈਮ ਲੱਗ ਜਾਂਦਾ। ਬਹੁਤੇ ਲੋਕ 7 ਘੰਟੇ ਓਵਰ ਟਾਈਮ ਲਾਉਂਦੇ ਅਤੇ 8.5 ਘੰਟੇ ਦੀ ਡਿਊਟੀ ਅਤੇ ਨਾਲ 7 ਘੰਟੇ ਓਵਰ ਟਾਈਮ ਪਾ ਕੇ 15.5 ਘੰਟੇ ਬਣ ਜਾਂਦੇ, 1 ਘੰਟਾ ਕੰਮ 'ਤੇ ਆਉਣ ਅਤੇ 1 ਘੰਟਾ ਜਾਣ ਲਈ। ਇਹ ਸਮਾਂ ਕੱਢ ਕੇ ਸੌਣ ਦੇ ਲਈ ਸਿਰਫ 6 ਘੰਟੇ ਹੀ ਬਚਦੇ। ਇਸ ਦੇ ਲਈ ਰੋਇਲ ਡੀਨ ਦੇ ਬਹੁਤੇ ਲੋਕ ਉਨੀਂਦਰੇ ਦੇ ਮਾਰੇ ਹੋਏ ਹੁੰਦੇ, ਕਈ ਵਾਰ ਇੱਕ ਦੂਜੇ ਨੂੰ ਛੇੜਨ ਲੱਗਦੇ। ਕੋਈ ਕਹਿੰਦਾ, ਓਏ ਦੇਖੀ ਯਾਰ, ਅਸਲਮ ਹੌਲੀ ਹੌਲੀ ਤੁਰਿਆ ਆਉਂਦਾ, ਲੱਗਦਾ ਸੁੱਤਾ ਪਿਆ, ਜਗਾ ਦੇ ਵਿਚਾਰੇ ਨੂੰ, ਕਿਤੇ ਡਿੱਗ ਹੀ ਨਾ ਪਵੇ। ਉਸਦੇ ਨਵੇਂ ਦੋਸਤਾਂ ਦੇ ਵਿੱਚੋਂ ਵਿਜੇ ਫਗਵਾੜੇ ਤੋਂ ਭਾਂਬੜਿਆਂ ਦਾ ਮੁੰਡਾ ਸੀ, ਕਈ ਸਾਲਾਂ ਤੋਂ ਘਰੋਂ ਨਿਕਲਿਆ ਹੋਇਆ ਸੀ, ਕਈ ਮੁਲਕਾਂ ਦੇ ਵਿੱਚ ਘੁੰਮ ਘੁੰਮਾ ਕੇ ਲੰਡਨ ਪੁੱਜਿਆ ਸੀ। ਇੱਥੇ ਨਕਲੀ ਜਿਹਾ ਵਿਆਹ ਕਰਾ ਕੇ ਪੱਕਾ ਹੋਇਆ। ਗ੍ਰੀਨਫੋਰਡ ਗੁਲਵੰਤ ਦੇ ਘਰ ਦੇ ਨੇੜੇ ਹੀ ਰਹਿੰਦਾ ਸੀ। ਮੁਸ਼ਤਾਕ ਲਾਹੌਰ ਤੋਂ ਸੀ, ਵੀ ਉਹਦੇ ਵਾਂਗ ਹੀ ਵਿਆਹ ਦੇ ਲਈ ਆਇਆ ਸੀ। ਉਸ ਆਪਣੇ ਸਕੇ ਚਾਚੇ ਦੀ ਕੁੜੀ ਦੇ ਨਾਲ ਵਿਆਹਿਆ ਗਿਆ ਸੀ। ਉਸਦਾ ਦੋਸਤ ਐਲਨ ਆਇਰਿਸ਼ ਮੁੰਡਾ ਸੀ, ਏਂਜਲ ਰਹਿੰਦਾ ਸੀ ਅਤੇ ਸਾਈਕਲ 'ਤੇ ਹੀ ਕੰਮ 'ਤੇ ਆਉਂਦਾ ਜਾਂਦਾ। ਓਵਰ ਟਾਈਮ ਲਾਉਣ ਦੇ ਲਈ ਉਸ ਦੇਸੀ ਬੰਦਿਆਂ ਜਿੰਨਾ ਹੀ ਤਕੜਾ ਸੀ। ਜਦੋਂ ਬ੍ਰੇਕ ਮਿਲਦੀ ਤਾਂ ਕਿਸੇ ਕੁਰਸੀ 'ਤੇ ਬੈਠ ਸੌਂ ਲੈਂਦਾ ਸੀ। ਇਵੇਂ ਸੌਣ ਦੇ ਠੁਮਕੇ ਤਾਂ ਅੱਧਾ ਰੋਇਲ ਡੀਨ ਲਾਉਂਦਾ ਸੀ। ਐਲਨ ਇੱਕ ਵੱਡੀ ਸਾਰੀ ਅਖਬਾਰ ਜੇਬ ਦੇ ਵਿੱਚ ਰੱਖਦਾ, ਬੀਅਰ ਪੀਣ ਨੂੰ ਵੀ ਉਹ ਬਹੁਤ ਤਕੜਾ ਸੀ। ਵਿਜੇ ਅਤੇ ਐਲਨ ਕਈ ਵਾਰ ਸ਼ਰਤਾਂ ਲਾ ਕੇ ਇੱਕੋ ਸਾਹੇ ਗਲਾਸ ਪੀਂਦੇ। ਉਹਨਾਂ ਨੇ ਮੁਸ਼ਤਾਕ ਨੂੰ ਵੀ ਬੀਅਰ ਪੀਣ ਸਿਖਾ ਲਿਆ। ਗੁਲਵੰਤ ਵੀ ਛੇਤੀ ਹੀ ਸ਼ਰਤਾਂ ਲਾਉਣ ਜੋਗਾ ਹੋ ਗਿਆ। ਕੰਮ 'ਤੇ ਜਾਣ ਨੂੰ ਗੁਲਵੰਤ ਦੇ ਲਈ ਅੰਡਰਗਰਾਊਂਡ ਸੂਤ ਬੈਠਦੀ ਸੀ, ਪਰ 12 ਵਜੇ ਤੋਂ ਬਾਅਦ ਟਿਊਬ ਬੰਦ ਹੋ ਜਾਂਦੀ ਅਤੇ ਉਸਨੇ ਓਵਰ ਟਾਈਮ ਲਾਉਣਾ ਹੁੰਦਾ ਤਾਂ ਕਾਰ ਹੀ ਠੀਕ ਬੈਠਣੀ ਸੀ। ਵਿਜੇ ਅਤੇ ਉਹ ਵਾਰੀ ਵਾਰੀ ਕਾਰ ਲੈ ਜਾਂਦੇ। ਨਵੀਂ ਭਰਤੀ ਦਾ ਅਗਲਾ ਬੈਚ ਜਿਹੜਾ ਸੀ ਆਇਆ ਤਾਂ ਨਵਤੇਜ ਅਤੇ ਰਣਵੀਰ ਵੀ ਉਹਨਾਂ ਦੇ ਵਿੱਚ ਆ ਰਲੇ। ਰੋਇਲ ਡੀਨ ਦੇ ਵਿੱਚ ਇਹਨਾਂ 6ਾਂ ਦਾ ਤਕੜਾ ਗਰੁੱਪ ਬਣ ਗਿਆ। ਇੱਕੋ ਸ਼ਿਫਟ 'ਤੇ ਇੱਕੋ ਜਿਹਾ ਓਵਰ ਟਾਈਮ, ਇਕੱਠੇ ਹੀ ਪੱਬ ਨੂੰ ਜਾਂਦੇ ਜਾਂ ਲੋਕਰਾਂ ਦੇ ਵਿੱਚ ਲੁੱਕ ਕੇ ਬੋਤਲਾਂ ਖੋਲ੍ਹ ਲੈਂਦੇ। ਵਿਜੇ ਥਾਂ ਥਾਂ ਧੱਕੇ ਖਾ ਕੇ ਜਿਹੜਾ ਕਾਂਟਾ ਬਣ ਚੁੱਕਿਆ ਸੀ ਅਤੇ ਉਹ ਤਰੀਕੇ ਦੇ ਨਾਲ ਆਪਣਾ ਕੰਮ ਜਲਦੀ ਕਢਾ ਲੈਂਦਾ ਸੀ। ਯੂਨੀਅਨ ਹੋਵੇ ਜਾਂ ਬੁੱਕ ਰੂਮ ਹੋਵੇ,
ਰਾਤਾਂ ਨੂੰ ਓਵਰ ਟਾਈਮ ਦਾ ਇੰਚਾਰਜ ਵੱਡੀ ਸਾਰੀ ਦੇਹ ਵਾਲਾ ਗੋਰਾ ਜੈਕ ਹਾਰਵੇ ਹੁੰਦਾ ਅਤੇ ਵਿਜੇ ਜੈਕ ਹਾਰਵੇ ਨੂੰ ਪੱਬ ਦੇ ਵਿੱਚ ਲੈ ਜਾ ਕੇ ਗਲਾਸ ਪਿਲਾਉਂਦਾ ਅਤੇ ਅਜਿਹੀ ਜਗ੍ਹਾ ਡਿਊਟੀ ਪਵਾ ਲੈਂਦਾ ਜਿੱਥੋਂ ਫਰਲੋ ਮਾਰ ਕੇ ਸੌਂ ਸਕੇ ਜਾਂ ਫਿਰ ਜਲਦੀ ਘਰ ਜਾ ਸਕੇ। ਗੁਲਵੰਤ ਨੂੰ ਅਜਿਹੀ ਚਲਾਕੀ ਨਹੀਂ ਸੀ ਆਉਂਦੀ ਅਤੇ ਐਲਨ ਵਿਜੇ ਵਾਂਗ ਹੀ ਤੇਜ਼ ਸੀ ਅਤੇ ਉਹ ਦੋਵੇਂ ਜੈਕ ਹਾਰਵੇ ਦੇ ਨਾਲ ਗਿੱਟ ਮਿੱਟ ਕਰਕੇ ਗੁਲਵੰਤ ਦਾ ਵੀ ਅਜਿਹਾ ਇੰਤਜ਼ਾਮ ਜਿਹੜਾ ਕਰ ਦਿੰਦੇ ਸੀ। ਜੀ ਦੋਸਤੋ, ਇਹ ਹੈ ਜੀ ਗੱਲਬਾਤ ਵਿਦੇਸ਼ਾਂ ਦੇ ਵਿੱਚ ਜੌਬ ਦੀ ਜ਼ਿੰਦਗੀ ਖਿੱਚ ਤੋਂ ਹੋਰ ਸਾਰਾ ਸਿਲਸਿਲਾ। ਅਤੇ ਲਓ ਦੋਸਤੋ, ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ। ਇਸ ਦੇ ਨਾਲ ਹੀ ਹੈ ਸਤਿ ਸ਼੍ਰੀ ਅਕਾਲ ਜੀ।